स्वागत पंजाबी नैशनल टीवी देखते दर्शकों का। इस वेले तकोनिया दे विच कह सकते अंतम अरदास का समागम चल रहा, तो जिहदे विच पंजाब भर तो पूरे देश विचों जथेबंदियां भी पहुंचियां, लीडर भी पहुंचे, वर्कर भी पहुंचे, किसान भी पहुंचे, आम लोग भी पहुंचे। संयुक्त मोर्चे तो मनजीत सिंह जी, भारतीय किसान यूनियन दुआबा के प्रधान साढ़े नाल इस वेले मौजूद आ। उन्हां नाल करदे आ गलबात कि अज की जिहड़ी अंतम अरदास का समागम आ उहदे विच कोई संयुक्त मोर्चा वड्डा ऐलान कर सकता है कि आने वाले दिनों दे विच मंत्री ने जिहड़ा अस्तीफा अजे तक नहीं दिता वह जांच नूं अपनी कुर्सी ते रह के प्रभावित कर सकता। मनजीत सिंह जी बहुत बहुत निघा जी आए जी सिंह जी, मंत्री का मुंडा गिरफ़्तार हो गया, मंत्री हजे कुर्सी ना चुंबड़िया, जेकर अस्तीफा नहीं दिंदा तो संयुक्त मोर्चा कोई ऐलान कर सकता? बिल्कुल बिल्कुल, असी ऑलरेडी 18 तरीक की कॉल दी हुई है कि जेकर उहदा मंत्री पद नहीं लिया जाता, 120 ਵਿੱਚ ਉਹਦੀ ਰੈਸਟ ਨਹੀਂ ਕੀਤੀ ਜਾਂਦੀ, ਉਹਦੇ ਬੇਟੇ ਨੂੰ ਨਹੀਂ ਰੈਸਟ ਕੀਤਾ, ਉਹਦਾ ਬੇਟਾ ਬੇਸ਼ੱਕ ਰੈਸਟ ਹੋ ਗਿਆ ਹੈ ਪਰ ਅਜੇ ਉਹਦਾ ਮੰਤਰੀ ਪਦ ਨਹੀਂ ਲਿਆ ਗਿਆ, ਅਜੇ ਉਹਨੂੰ ਰੈਸਟ ਨਹੀਂ ਕੀਤਾ ਗਿਆ। ਇਸ ਕਰਕੇ ਸਾਡੀ 18 ਤਰੀਕ ਦੀ ਕਾਲ ਹੈ, ਪੂਰੇ ਦੇਸ਼ ਦੇ ਵਿੱਚ ਟ੍ਰੇਨਾਂ ਬੰਦ ਰਹਿਣਗੀਆਂ 10 ਤੋਂ 4 ਵਜੇ ਤੱਕ। ਅਗਰ ਫੇਰ ਵੀ ਨਹੀਂ ਸਰਕਾਰ ਸੁਣਦੀ, ਇਹ ਅਗਲੀ ਕਾਲ ਇਸ ਤੋਂ ਵੀ ਵੱਡੀ ਹੋ ਗਈ, ਇਹ ਤੋਂ ਵੀ ਤਿੱਖੀ ਕਾਲ ਹੋ ਗਈ। ਆਪਾਂ ਕਹਿ ਸਕਦੇ ਕਿ ਅੰਦੋਲਨ ਜਿਹੜਾ ਆ ਉਹ ਸਾਲ ਦੇ ਨੇੜੇ ਹੋਣ ਜਾ ਰਿਹਾ, 10 ਮਹੀਨੇ ਪੂਰੇ ਕਰ ਗਿਆ, 11ਵਾਂ ਮਹੀਨਾ ਚੱਲ ਰਿਹਾ। ਸ਼ਾਂਤਮਈ ਹਮੇਸ਼ਾ ਜਥੇਬੰਦੀਆਂ ਕਹਿੰਦੀਆਂ ਰਹੀਆਂ, ਹੁਣ ਆਹ ਜਿਹੜੇ ਵੀਡੀਓ ਆਏ ਇਹਦੇ ਵਿੱਚ ਬੱਚੇ ਨੌਜਵਾਨ ਅਨਭੋਲ ਵਾਪਸ ਜਾ ਰਹੇ ਸੀ, ਇੱਦਾਂ ਦੀ ਗੁੰਡਾਗਰਦੀ ਜਿਹੜੀ ਆ ਇੱਕ ਅੰਦੋਲਨਕਾਰੀਆਂ ਦੇ ਨਾਲ ਮੰਤਰੀ ਦੇ ਮੁੰਡੇ ਵੱਲੋਂ ਕੀਤੀ ਗਈ ਆ, ਇਹ ਜਿਹੜਾ ਦਹਿਸ਼ਤ ਵੀ ਬੜੀ ਇਲਾਕੇ ਦੇ ਵਿੱਚ ਕਿੱਦਾਂ ਦੇਖਦੇ? ਦੇਖੋ ਇਹ ਬੀਜੇਪੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਕਿ ਬੀਜੇਪੀ ਨੇ ਜਿਹੜੇ ਤੜੀ ਪਾਰ ਜਿਹੜੇ ਦੋ ਨੰਬਰੀਏ ਜਿਹੜੇ ਨਜਾਇਜ਼ ਕਾਰੋਬਾਰ ਕਰਨ ਵਾਲੇ ਉਹ ਸਾਰੇ ਇਹਨੀ ਪਾਰਟੀ ਦੇ ਵਿੱਚ ਇਹਨਾਂ ਦੇ ਜਿੰਨੇ ਮੰਤਰੀ ਪਦ MLA ਇਹਨਾਂ ਨੇ ਉਹੀ ਰੱਖੇ ਹੋਏ ਨੇ। ਔਰ ਉਹ ਤੁਸੀਂ ਦੇਖੋ ਜਿਹੜਾ ਟਹਿਣੀ ਹੈ ਉਹਦੀ ਕੁਛ ਦਿਨ ਪਹਿਲਾਂ ਵੀਡੀਓ ਆਉਂਦੀ ਹੈ, ਉਹ ਆਪਣੀ ਜਵਾਨੋਂ ਕਹਿ ਰਿਹਾ ਕਿ ਤੁਸੀਂ ਮੇਰੇ ਬਾਰੇ ਮੇਰਾ ਇਤਿਹਾਸ ਨਹੀਂ ਜਾਣਦੇ ਮੈਂ ਕੌਣ ਹੈ। ਉਹਦਾ ਇੱਕ ਗੁੰਡਾਗਰਦੀ ਦਾ ਇਤਿਹਾਸ ਹੈ, ਉਹ ਚੋਰੀ ਲੱਕੜ ਵੇਚਦਾ ਜੰਗਲ 'ਚੋਂ, ਦੋ ਨੰਬਰ ਦੇ ਕਾਰੋਬਾਰ ਕਰਦਾ, ਔਰ ਉਹ ਗ੍ਰਹਿ ਮੰਤਰੀ ਦੇਸ਼ ਦਾ, ਜੇ ਦੇਸ਼ ਦਾ ਜਿਹੜਾ ਡਿਪਟੀ ਗ੍ਰਹਿ ਮੰਤਰੀ ਹੋਵੇ ਔਰ ਉਹ ਕਵੇ ਕਿ ਮੇਰਾ ਇਤਿਹਾਸ ਨਹੀਂ ਤੁਸੀਂ ਜਾਣਦੇ, ਕੀ ਅੰਦਾਜ਼ਾ ਲਾਓਗੇ ਕਿ ਬੀਜੇਪੀ ਦੀ ਪਾਰਟੀ ਕੀ ਹੈ? ਬੀਜੇਪੀ ਦੀ ਪਾਰਟੀ ਗੁੰਡਿਆਂ ਦੀ ਪਾਰਟੀ ਹੈ, ਬੀਜੇਪੀ ਦੀ ਪਾਰਟੀ ਤਸਕਰਾਂ ਦੀ ਪਾਰਟੀ ਹੈ, ਔਰ ਬੀਜੇਪੀ ਦੀ ਪਾਰਟੀ ਲੋਕਾਂ ਨੂੰ ਲੁੱਟ ਕਰਨ ਵਾਲੀ। ਇਹ ਕਹਿਣ ਦਾ ਭਾਵ ਇਸ ਸਾਰੀ ਜਿਹੜੀ ਹੁਣ ਉਸ ਦਿਨ ਗੱਡੀਆਂ ਥੱਲੇ ਕਿਸਾਨਾਂ ਨੂੰ ਕੁਚਲਿਆ ਗਿਆ, ਬੀਜੇਪੀ ਦਾ ਚਿਹਰਾ ਸਾਹਮਣੇ ਹੈ, ਇਹੋ ਜਾਵਰ ਸਰਕਾਰ ਹੈ ਜਿਹੜੀਆਂ ਲੋਕਾਂ ਦੀਆਂ ਜਾਨਾਂ ਦੇ ਉੱਪਰ ਪੈਰ ਰੱਖ ਕੇ ਸੱਤਾ ਕਰਨਾ ਚਾਹੁੰਦੇ ਨੇ। ਅੰਤਮ ਸਵਾਲ, ਮੈਂ ਪਿਛਲੇ 7 ਦਿਨ ਤੋਂ ਦੇਖ ਰਿਹਾ ਪੰਜਾਬੀ ਕਿਸਾਨਾਂ ਦੇ ਵਿੱਚ ਇੱਕ ਸਹਿਮ ਆ, 47 ਵੇਲੇ 84 ਵੇਲੇ ਵੀ ਕਈਆਂ ਦੇ ਘਰ ਜਿਹੜੇ ਇੱਥੇ ਲੂਹੇ ਗਏ ਸੀਗੇ, ਮੈਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ, ਹੁਣ ਵੀ ਸਹਿਮ ਆ ਜਿਵੇਂ ਜਿਵੇਂ ਪੰਜਾਬ ਤੋਂ ਚਾਹੇ ਰਾਜਨੀਤਿਕ ਪਾਰਟੀਆਂ ਚਾਹੇ ਆਪਣੇ ਆਮ ਜਿਹੜੇ ਕਿਸਾਨ ਦੀ ਪਰਿਵਾਰਾਂ ਨਾਲ ਜੁੜੇ ਬੰਦੇ ਜਾਂ ਲੀਡਰ ਆ ਰਹੇ ਨੇ ਉਹਨਾਂ ਨੂੰ ਹੌਸਲਾ ਆ, ਧਰਵਾਸ ਆ, ਜਿੰਨਾ ਉਹਨਾਂ ਦੇ ਵਿੱਚ ਸਹਿਮ ਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਭਰਾਵਾਂ ਨੂੰ ਵੀ ਤੁਹਾਨੂੰ ਜੇ ਕੋਈ ਤੁਹਾਡਾ ਬਾਲ ਵੀ ਵਿੰਗਾ ਹੁੰਦਾ ਆ ਅਤੇ ਜਥੇਬੰਦੀਆਂ ਸੰਯੁਕਤ ਮੋਰਚਾ ਜਾਂ ਪੰਜਾਬ ਦੇ ਲੋਕਾਂ ਦਾ ਕਿਹੜਾ ਧਰਵਾਸ ਦੇਣਾ ਚਾਹੁੰਦੇ ਉਹਨਾਂ? ਦੇਖੋ ਅਸੀਂ ਉਹਨਾਂ ਨੂੰ ਸਾਡੇ ਜਿੰਨੇ ਭਰਾ ਬੈਠੇ ਨੇ ਇਕੱਲੇ ਯੂਪੀ 'ਚ ਨਹੀਂ, ਅਦਰ ਸਟੇਟ ਜਿੱਥੇ ਬੈਠੇ ਨੇ, ਕਿਉਂਕਿ ਯੂਪੀ 'ਚ ਸਾਰਾ ਜਿਹੜਾ ਵਾਕਿਆ ਹੋਇਆ ਜਿਹੜਾ ਤਸ਼ੱਦਦ ਹੋਇਆ, ਪਰ ਮੈਂ ਇਹ ਗੱਲ ਕਹਾਂਗਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਹਿੰਦੇ ਹਾਂ, ਆਪਣੇ ਭਾਈਚਾਰੇ ਨੂੰ ਕਹਿੰਦੇ, ਕਿਸੇ ਕੋਲੋਂ ਘਬਰਾਉਣ ਦੀ ਲੋੜ ਨਹੀਂ, ਖਾਸ ਕਰ ਯੂਪੀ ਵਾਲਿਆਂ ਨੂੰ ਸੰਯੁਕਤ ਮੋਰਚਾ ਡਟ ਕੇ ਨਾਲ ਖੜਾ ਹੈ, ਔਰ ਮੈਂ ਇਹ ਗੱਲ ਕਹਾਂਗਾ ਕਿ ਇਸ ਕਰਕੇ ਨਹੀਂ ਘਬਰਾਉਣ ਦੀ ਲੋੜ, ਅੱਜ ਸਾਡੇ ਨਾਲ ਨੌਨ ਸਿੱਖ ਭਾਈਚਾਰਾ ਵੀ ਯੂਪੀ 'ਚੋਂ ਸਾਡੇ ਨਾਲ ਹੈ, ਅੱਜ ਹਿੰਦੂ ਭਾਈਚਾਰਾ ਵੀ ਸਾਡੇ ਨਾਲ ਹੈ, ਕੋਈ ਘਬਰਾਉਣ ਦੀ ਗੱਲ ਨਹੀਂ ਹੈ, ਇਹ 84 ਵਾਲਾ ਮਾਹੌਲ ਕਦੇ ਨਹੀਂ ਕ੍ਰੀਏਟ ਹੋਣ ਦੇਵਾਂਗੇ, ਕਿਉਂਕਿ ਸਾਡੇ ਨਾਲ ਜਿਹੜਾ ਨੌਨ ਸਿੱਖ ਭਾਈਚਾਰਾ ਯੂਪੀ ਤੋਂ ਵੀ ਵੱਡਾ ਜੁੜਿਆ ਹੋਇਆ, ਔਰ ਸੰਯੁਕਤ ਮੋਰਚਾ ਪੂਰੇ ਦਾ ਪੂਰਾ ਇਹ ਇੱਕ ਇੱਕ ਸਾਡੇ ਸਾਥੀ ਜਿਹੜੇ ਯੂਪੀ 'ਚ ਬੈਠੇ ਕਿਸਾਨ ਉਹਨਾਂ ਦੇ ਨਾਲ ਦੀਵਾਰ ਦੀ ਤਰ੍ਹਾਂ ਖੜਾ, ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ। ਕੋਈ ਸਾਲਾਨਾ ਸਮਾਗਮ ਹੋ ਸਕਦਾ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ, ਜਿੱਦਾਂ ਕਿ ਵੱਖ ਵੱਖ ਲੀਡਰਾਂ ਨੇ ਸਟੇਜ ਤੋਂ ਕਿਹਾ? ਦੇਖੋ ਇਹ ਬਿਲਕੁਲ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ ਕਰਕੇ ਇਹ ਕਰਿਆ ਕਰਾਂਗੇ ਕੋਸ਼ਿਸ਼, ਕਿਉਂਕਿ ਇਹ ਸਰਮਾਇਆ ਹੁੰਦੇ ਨੇ ਜਿਹੜੇ ਸ਼ਹੀਦ ਨੇ, ਇਹ ਸਾਡੀ ਕੌਮ ਦੇ ਸਾਡੇ ਦੇਸ਼ ਦੇ ਸਰਮਾਇਆ ਹੁੰਦੇ ਨੇ, ਅਤੇ ਇਹਨਾਂ ਨੂੰ ਆਪਣੇ ਸਰਮਾਏ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬਣਦਾ, ਸੋ ਇਸ ਕਰਕੇ ਜ਼ਰੂਰ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਕਰਾਂਗੇ। ਮਨਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ। ਇਹ ਸਨ ਮਨਜੀਤ ਸਿੰਘ ਜੀ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ, ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦਾਂ ਦੀ ਯਾਦ ਨੂੰ ਲੈ ਕੇ ਕੋਈ ਨਾ ਕੋਈ ਸੰਯੁਕਤ ਮੋਰਚਾ ਫੈਸਲਾ ਵੀ ਲਵੇਗਾ, ਅਤੇ ਜਿੰਨਾ ਚਿਰ ਮੰਤਰੀ ਦਾ ਕੋਈ ਅਸਤੀਫਾ ਨਹੀਂ ਹੁੰਦਾ ਉਨੀ ਦੇਰ ਸੰਯੁਕਤ ਮੋਰਚਾ ਟਿਕ ਕੇ ਨਹੀਂ ਬੈਠੇਗਾ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ, ਮੈਨੂੰ ਗੁਰਨਾਮ ਸਿੰਘ ਬਿਲਗਾ ਨੂੰ ਤਕੁਨੀਆਂ ਤੋਂ ਦਿਓ ਇਜਾਜ਼ਤ।